ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ ਖੁੱਲੀ ਬ੍ਰਾ ਨੂੰ ਸੈੱਟ ਕਰਨ ਦਾ ਤਰੀਕਾ ਮਤਲਬ ਕਈ ਵਾਰੀ ਇਦਾਂ ਹੁੰਦਾ ਆ ਕਿ ਆਪਾਂ ਬ੍ਰਾ ਖਰੀਦਦੇ ਆ ਤੇ ਆਪਾਂ ਨੂੰ ਕਮਰ ਤੋਂ ਸਹੀ ਆ ਜਾਂਦੀ ਆ ਤੇ ਆਪਾਂ ਨੂੰ ਕੱਪ ਜੜੇ ਆ ਉਹ ਸਹੀ ਨਹੀਂ ਹੁੰਦੇ ਤੇ ਕਈ ਵਾਰੀ ਇਦਾਂ ਹੋ ਜਾਂਦਾ ਆ ਕਿ ਕੱਪ ਆਪਾਂ ਨੂੰ ਬੜੇ ਵਧੀਆ ਆ ਜਾਂਦੇ ਆ ਤੇ ਕਮਰ ਆਪਾਂ ਨੂੰ ਬਹੁਤ ਜ਼ਿਆਦਾ ਖੁੱਲੀ ਹੋ ਜਾਂਦੀ ਆ ਠੀਕ ਆ ਤੇ ਆਪਾਂ ਇਸੇ ਪ੍ਰੋਬਲਮ ਦਾ ਅੱਜ ਹੱਲ ਤੁਹਾਨੂੰ ਦੱਸਾਂਗੇ ਇਸ ਤੋਂ ਪਹਿਲਾਂ ਜਿਹੜੀਆਂ ਪਿਛਲੀਆਂ ਦੋ ਵੀਡੀਓਜ਼ ਨੇ ਉਹਦੇ ਵਿੱਚ ਮੈਂ ਤੁਹਾਨੂੰ ਬ੍ਰਾ ਬਣਾਉਣ ਦਾ ਤਰੀਕਾ ਦੱਸਿਆ ਆ ਨਾਪ ਲੈਣ ਦਾ ਵੀ ਤਰੀਕ ਪਰ ਉਹਨਾਂ ਦੇ ਵਿੱਚ ਵੀ ਇਹੀ ਪ੍ਰੋਬਲਮ ਮੈਨੂੰ ਵੇਖਣ ਨੂੰ ਮਿਲੀ ਹੈ ਜਿਹੜੀ ਬੁਜਾਰੀ ਜਿਹੜੀ ਤੇ ਸਭ ਤੋਂ ਪਹਿਲਾਂ ਆਪਾਂ ਇਹ ਜਿਹੜੀ ਬਰਾਆ ਇਹਦੀ ਫਿਟਿੰਗ ਕਰਾਂਗੇ ਇਹਦੀ ਫਿਟਿੰਗ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਕਿਉਂਕਿ ਇਹ ਮੈਨੂੰ ਕੱਪ ਸਾਈਜ਼ ਤੋਂ ਵੀ ਲੂਜ਼ ਆ ਔਰ ਜਿਹੜੀ ਇਹਦੀ ਆ ਕਮਰ ਆ ਕਮਰ ਤੋਂ ਵੀ ਮੈਨੂੰ ਇਹ ਲੂਜ਼ ਆ ਬਰਾਆ ਠੀਕ ਹੈ ਇਹਦੀ ਆਪਾਂ ਫਿਟਿੰਗ ਕਿੱਦਾਂ ਕਰਨੀ ਆ ਜੇ ਤੁਹਾਨੂੰ ਕਮਰ ਤੋਂ ਇਹ ਲੂਜ਼ ਹੈਗੀ ਆ ਤੇ ਕਮਰ ਤੇ ਆਪਾਂ ਪਲੇਟ ਪਾਉਣਾ ਆ ਜੇ ਆਪਣੇ ਮਤਲਬ ਕੱਪ ਸਾਈਜ਼ ਤੋਂ ਇਹ ਤੁਹਾਨੂੰ ਲੂਜ਼ ਹੈ ਕਿਸੇ ਸਾਈਡ ਤੋਂ ਫਿਰ ਤੁਸੀਂ ਕੱਪ ਸਾਈਜ਼ ਤੇ ਇਹਨੂੰ ਮਤਲਬ ਕੱਪ ਤੇ ਆਪਾਂ ਇਹਨੂੰ ਪਲੇਟ ਪਾ ਕੇ ਤੇ ਇਹਦੀ ਫਿਟਿੰਗ ਕਰਨੀ ਆ ਠੀਕ ਆ ਜਿਹੜੀਆਂ ਬਰਾਵਾ ਹੁੰਦੀਆਂ ਇਹ ਸਾਈਡ ਤੋਂ ਕਲੇ ਤੋਂ ਸਹੀ ਹੁੰਦੀਆਂ ਜਾਂ ਤੇ ਇੱਥੋਂ ਆਪਾਂ ਨੂੰ ਸਹੀ ਨਹੀਂ ਹੁੰਦੀਆਂ ਇਹ ਵਾਲੀ ਸਾਈਡ ਤੋਂ ਤੇ ਜਾਂ ਫਿਰ ਤੇ ਜਾਂ ਫਿਰ ਕਮਰ ਵਾਲੀ ਸਾਈਡ ਤੋਂ ਆਪਾਂ ਨੂੰ ਇਹ ਖੁੱਲੀਆਂ ਹੁੰਦੀਆਂ ਨੇ ਠੀਕ ਆ ਤੇ ਇਹਨਾਂ ਦਾ ਆਪਾਂ ਹੱਲ ਕਿਵੇਂ ਕਰਨਾ ਆ ਤੁਹਾਨੂੰ ਦੱਸਦੀ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਸੈਂਟਰ ਦੇ ਵਿੱਚ ਫੋਲਡ ਕਰਨਾ ਬਾਹਰ ਵਾਲੀ ਸਾਈਡ ਤੋਂ ਇਦਾਂ ਤੇ ਇੱਥੇ ਆਪਾਂ ਪਲੇਟ ਪਾ ਦਾਂਗੇ ਤੁਹਾਨੂੰ ਪਲੇਟ ਪਾ ਕੇ ਵਿਖਾਉਣੀ ਹੈ ਕਿਦਾਂ ਪਲੇਟ ਪਾਉਣਾ ਜਿਹੜੀ ਬਾਹਰ ਵਾਲੀ ਸਾਈਡ ਹੁੰਦੀ ਨਾ ਮੋਢੇ ਵਾਲੀ ਸਾਈਡ ਬਾਹ ਵਾਲੀ ਸਾਈਡ ਜਿਹੜੀ ਹੁੰਦੀ ਆ ਇੱਥੇ ਆਪਾਂ ਪਲੇਟ ਪਾਉਣਾ ਇਸ ਤਰੀਕੇ ਦੇ ਨਾਲ ਆਪਾਂ ਜਿਤਨਾ ਕਮੀਜ਼ ਤੇ ਪਲੇਟ ਪਾਉਣੀ ਹੈ ਫਲੋਈ ਪਾਉਣੀ ਹੈ ਉਦਾਂ ਹੀ ਆਪਾਂ ਇੱਥੇ ਫਲੋਈ ਪਾ ਦੇਣੀ ਹੈ ਬਿਲਕੁਲ ਸੈਂਟਰ ਤੇ ਆਪਾਂ ਇਹ ਫਲੋਈ ਲੈ ਜਾਣੀ ਆ ਇਹਦੇ ਨਾਲ ਇੱਕ ਤੇ ਬਰਾ ਦੀ ਸ਼ੇਪ ਵਧੀਆ ਆ ਜਾਊਗੀ ਔਰ ਦੂਜੀ ਗੱ ਉੱਠੀ ਉੱਠੀ ਲੱਗਦੀ ਆ ਉਹ ਬਿਲਕੁਲ ਸੈੱਟ ਹੋ ਜਾਏਗੀ ਠੀਕ ਆ ਤੇ ਇਹ ਜਿਹੜੀ ਜਿਹੜੀ ਬਰਾ ਆ ਇਹ ਮੈਨੂੰ ਕਮਰ ਤੋਂ ਵੀ ਖੁੱਲੀ ਸੀ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਹੀ ਪਲੇਟ ਪਾਏ ਹੋਏ ਆ ਇੱਕ ਵਾਰੀ ਮੈਂ ਯੂਜ਼ ਕੀਤੀ ਹੋਈ ਆ ਪਲੇਟ ਪਾਏ ਹੋਏ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡਾਂ ਤੇ ਤੇ ਜਿਹੜੇ ਇਹ ਸਾਈਡ ਵਾਲੇ ਪਲੇਟ ਆਪਾਂ ਪਾਉਣੇ ਆ ਇਮਤਨ ਦੱਸਦੀਆਂ ਕਿ ਕਿੱਦਾਂ ਪਾਉਣਾ ਹੈ ਇਹ ਵੀ ਆਪਾਂ ਸਹੀ ਤਰੀਕੇ ਨਾਲ ਪਾਵਾਂਗੇ ਫੇਰ ਹੀ ਬਰਾਸਾ ਹੀ ਹੋਣੀ ਨਹੀਂ ਤੇ ਆਪਾਂ ਨੂੰ ਇੱਥੋਂ ਇਹ ਖਰਾਬ ਹੋ ਜਾਊਗੀ ਆਪਣੀ ਇਹ ਜਿਹੜੀ ਆਪਣੀ ਆਹ ਵਾਲੀ ਤਣੀ ਲੱਗੀ ਹੁੰਦੀ ਹੈ ਨਾ ਆਹ ਵਾਲੀ ਇਹ ਤੋਂ ਆਪਾਂ ਬਾਹਰ ਵਾਲੀ ਸਾਈਡ ਨੂੰ ਪਲੇਟ ਪਾਉਣੇ ਹੁੰਦੇ ਅੰਦਰ ਵਾਲੀ ਸਾਈਡ ਨੂੰ ਨਹੀਂ ਠੀਕ ਆ ਜਿਹੜੀ ਸਾਈਡ ਤੇ ਆਪਣੇ ਹੁੱਕਾ ਹੁੰਦੀਆਂ ਉਹਨੇ ਮਤਲਬ ਤਣੀ ਤੋਂ ਬਾਹਰ ਬਾਹਰ ਵਾਲ ਨੂੰ ਆਪਾਂ ਇਹ ਪਲੇਟ ਪਾਉਣਾ ਆ ਜਿੰਨੀ ਤੁਹਾਨੂੰ ਆਪਣੀ ਬਰਾਇਡ ਖੁੱਲੀ ਲੱਗਦੀ ਹੈ ਉਹਦੇ ਅਕੋਰਡਿੰਗ ਤੁਸੀਂ ਆਪਣਾ ਪਲੇਟ ਪਾ ਲੈਣਾ ਠੀਕ ਆ ਤੇ ਆਹ ਵਾਲੀਆਂ ਦੋ ਬਰਾਵਾਂ ਨੇ ਜਿਹੜੀ ਮੈਂ ਤੁਹਾਡਾ ਵੀਡੀਓ ਸ਼ੇਅਰ ਕੀਤੀ ਸੀਗੀ ਬਣਾ ਕੇ ਤੇ ਇਹਦੇ ਸੇਮ ਪ੍ਰੋਬਲਮ ਆ ਮੈਨੂੰ ਇਹ ਜਿਹੜੀ ਬਰਾ ਆ ਬਾਹਰ ਵਾਲੀ ਸਾਈਡ ਤੋਂ ਖੁੱਲੀ ਆ ਤੇ ਇਹ ਪ੍ਰੋਬਲਮ ਉਹਨਾਂ ਨੂੰ ਆਊਗੀ ਜਿਨ੍ਹਾਂ ਦਾ ਬ੍ਰੈਸ ਸਾਈਜ਼ ਘੱਟ ਹੈ ਠੀਕ ਆ ਜਿਨ੍ਹਾਂ ਦੀ ਬ੍ਰੈਸ ਸਾਈਜ਼ ਮਤਲਬ ਹੈਵੀ ਆ ਉਹਨਾਂ ਨੂੰ ਇਹ ਬਰਾ ਬਿਲਕੁਲ ਵਧੀਆ ਆਊਗੀ ਇਹ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਪੂਰੀ ਇਲਾਸਟਿਕ ਆ ਤੇ ਇੱਥੇ ਵੀ ਤੁਸੀਂ ਇਹ ਜੇ ਅਗਰ ਤੁਹਾਡਾ ਬ੍ਰੈਸ ਸਾਈਜ਼ ਘੱਟ ਹੈ ਫਿਰ ਤੁਸੀਂ ਇੱਥੇ ਵੀ ਇਹਦਾ ਸੈਂਟਰ ਕਰਕੇ ਇੱਥੇ ਪਲੇਟ ਪਾ ਸਕਦੇ ਹੋ ਸੇਮ ਉਦਾਂ ਹੀ ਜਿੱਦਾਂ ਆਪਾਂ ਫਲੋਈ ਪਾਉਂਦੇ ਆ ਕਮੀਜ਼ ਦੇ ਵਿੱਚ ਠੀਕ ਹੈ ਔਰ ਇਹ ਜਿਹੜੀ ਬਰਾਮ ਬਣਾਈ ਸੀ ਇਹ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਇਸ ਵੀਡੀਓ ਨੂੰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਹਦੇ ਵਿੱਚ ਵੀ ਆਪਾਂ ਦੇਖੋ ਇਦਾਂ ਹੀ ਪਲੇਟ ਪਾਉਣਾ ਆ ਜਿੱਥੇ ਆਪਣੀ ਨੁੱਕਰ ਬੰਦੀ ਆ ਬਾਰ-ਬਾਰ ਵਾਲੀ ਸਾਈਡ ਤੋਂ ਪਹਿਲਾਂ ਆਪਾਂ ਉਲਟੀ ਸਾਈਡ ਕਰ ਲੈਣੀ ਆ ਉਲਟੀ ਸਾਈਡ ਕਰਕੇ ਇਹਨੂੰ ਇਦਾਂ ਫੋਲਡ ਕਰਨਾ ਆ ਫੋਲਡ ਕਰਕੇ ਆਪਾਂ ਇੱਥੇ ਪਲੋਈ ਵਾਂਗੂ ਪਲੋਈ ਪਾ ਦੇਣੀ ਆ ਜਿਸ ਨਾਲ ਕਿ ਬਰਾ ਦੀ ਫਿਟਿੰਗ ਵਧੀਆ ਹੋ ਜਾਊਗੀ ਠੀਕ ਆ ਤੇ ਇਹ ਪ੍ਰੋਬਲਮ ਉਹਨਾਂ ਨੂੰ ਆਉਣੀ ਆ ਜਿੰਨਾਂ ਦੀ ਬ੍ਰੈਸ ਸਾਈਜ਼ ਘੱਟ ਆ ਤੇ ਕਮਰ ਜਿੰਨਾਂ ਦੀ ਜ਼ਿਆਦਾ ਵਾ ਠੀਕ ਆ ਜੇ ਤੁਹਾਡਾ ਡਰੈਸ ਸਾਈਜ਼ ਹੈਵੀ ਆ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣੀ ਇਦਾਂ ਹੀ ਬਰਾ ਤੁਹਾਡੀ ਵਧੀਆ ਆ ਜਾਣੀ ਆ ਜੇ ਤੁਹਾਡੀ ਬ੍ਰੈਸ ਸਾਈਜ਼ ਘੱਟ ਆ ਫਿਰ ਤੁਹਾਨੂੰ ਇਹ ਪ੍ਰ ਬਹੁਤ ਯੂਸਫੁਲ ਆ ਵਧੀਆ ਲੱਗੇ ਯੂਸਫੁਲ ਲੱਗੇ ਤਾਂ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤਾਂ ਕਿ ਤੁਹਾਡ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ